ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਾਵਧਾਨ ਪੰਜਾਬ 'ਚੂ ਬਿਜਲੀ ਦੇ ਵੱਡੇ ਕੱਟ ਲੱਗਣ ਬਾਰੇ ਇੱਥੇ ਹੋ ਗਿਆ ਇਹ ਐਲਾਨ ਕਰ ਲਓ ਤਿਆਰੀ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਤੋਂ ਜਿੱਥੇ ਬਿਜਲੀ ਦੇ ਕੱਟ ਲੱਗਣ ਬਾਰੇ ਵੱਡਾ ਐਲਾਨ ਹੋ ਗਿਆ ਜਿਸ ਦੇ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਬਿਜਲੀ ਵਿਭਾਗ ਵੱਲੋਂ ਕੁਝ ਨ ਕੁਝ ਕਾਰਨਾਂ ਦੇ ਚੱਲਦੇ ਹੋਏ ਬਿਜਲੀ ਦੇ ਕੱਟ ਲਾਏ ਜਾਣ ਦਾ ਸਮਾਚਾਰ ਸਾਹਮਣੇ ਆਉਂਦੇ ਹਨ ਹੁਣ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਕਾਨੂੰਵਾਲ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਧੀਨ ਸਬ ਡਿਵੀਜ਼ਨ ਟਿੱਬੜ ਦੇ ਐਸ ਡੀਓ ਇੰਜੀਨੀਅਰ ਜਸਪਾਲ ਸਿੰਘ ਵੱਲੋਂ ਬਿਜਲੀ ਦੇ ਕੱਟਾ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ 220 ਸਬਸਟੇਸ਼ਨ ਤਿੱਬੜ ਦੇ 66 ਕੇਵੀ ਬੱਬੇਹਾਲੀ ਤੋਂ ਚੱਲਦੀ ਬਿਜਲੀ ਦੀ ਸਪਲਾਈ ਨੂੰ 8 ਜੂਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਕੀਤਾ ਜਾ ਰਿਹਾ ਬਿਜਲੀ ਦੇ ਇਸ ਕੱਟ ਕਾਰਨ 220 ਸਬਸਟੇਸ਼ਨ ਤਿੱਬੜ ਤੇ ਯੂਪੀਐਸ ਅਤੇ ਏਪੀਐਸ ਤੋਂ ਇਲਾਵਾ ਸਬਸਟੇਸ਼ਨ 66 ਕੇਵੀ ਬੱਬੇਹਾਲੀ ਤੋਂ ਯੂਐਸਏ ਪੀਐਸ ਅਤੇ ਤਿੱਬੜ ਕੈਂਟ ਦੀ ਸਪਲਾਈ ਪ੍ਰਭਾਵਿਤ ਹੋਏਗੀ ਇਸ ਬਿਜਲੀ ਦੀ ਸਪਲਾਈ ਨੂੰ ਜ਼ਰੂਰੀ ਸਾਮ ਸੰਭਾਲ ਅਤੇ ਮੁਰੰਮਤਾਂ ਤੇ ਚੱਲਦੇ ਬੰਦ ਕੀਤਾ ਜਾ ਰਿਹਾ ਹੈ ਬਿਜਲੀ ਦੇ ਇਹਨਾਂ ਕਟਾਂ ਬਾਰੇ ਜਾਣਕਾਰੀ ਬਿਜਲੀ ਬੋਰਡ ਵੱਲੋਂ ਪਹਿਲਾਂ ਹੀ ਦਿੱਤੀ ਗਈ ਤਾਂ ਜੋ ਇਸ ਖੇਤਰ ਦੇ ਲੋਕਾਂ ਨੂੰ ਆਪਣਾ ਇੰਤਜ਼ਾਮ ਲੋਕ ਪਹਿਲੋਂ ਹੀ ਕਰ ਲੈਣ ਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਕਰਕੇ ਉਹਨਾਂ ਦੇ ਸਾਰੇ ਕਾਰੋਬਾਰਾਂ ਉੱਪਰ ਕੋਈ ਵੀ ਅਸਰ ਨਾ ਪਵੇ ਸੋ ਦੋਸਤੋ ਤੁਸੀਂ ਵੀ ਸਾਰਾ ਕੰਮ ਕਰ ਹੋ ਸਕਦਾ ਬਿਜਲੀ ਜਾਣ ਤੋਂ ਪਹਿਲਾਂ ਨਿਬੇੜ ਲਿਆ ਹੋਵੇ ਇਸ ਕਰਕੇ ਜਾਣਕਾਰੀ ਉਹਨਾਂ ਵੱਲੋਂ